ਤਸਵੀਰਾਂ 'ਚ ਗੁਰੂ ਘਰ ਦੀ ਸੇਵਾ ਕਰਦਿਆਂ ਨਜ਼ਰ ਆ ਰਹੇ ਇਹ ਨੌਜਵਾਨ ਪਠਾਨਕੋਟ ਦੇ ਰਹਿਣ ਵਾਲੇ 19 ਸਾਲ ਦੇ ਦਿਲਪ੍ਰੀਤ ਨੇ, ਜੋ ਕਿ ਗੁਰੂ ਘਰ 'ਚ ਸੇਵਾਦਾਰ ਨੇ, ਜਿਹੜਾ ਦਾ ਕੱਦ ਸਿਰਫ 3 ਫੁੱਟ 8 ਇੰਚ ਹੈ। ਦਿਲਪ੍ਰੀਤ ਨੇ 12ਵੀਂ ਤੱਕ ਪੜ੍ਹਾਈ ਕੀਤੀ ਹੋਈ ਹੈ। ਕੱਦ ਛੋਟਾ ਹੋਣ ਕਾਰਨ ਦਿਲਪ੍ਰੀਤ ਨੂੰ ਜ਼ਿੰਦਗੀ 'ਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਿਸ ਉਮਰ 'ਚ ਕਈ ਨੌਜਵਾਨ ਮੁਸ਼ਕਲਾਂ ਤੋਂ ਹਾਰ ਮੰਨ ਲੈਂਦੇ ਨੇ, ਗਲਤ ਕੰਮਾਂ 'ਚ ਪੈ ਜਾਂਦੇ ਨੇ ਅਤੇ ਹੌਸਲਾ ਛੱਡ ਦਿੰਦੇ ਨੇ, ਉਸ ਉਮਰ 'ਚ ਦਿਲਪ੍ਰੀਤ ਨੇ ਹਿੰਮਤ ਨਹੀਂ ਛੱਡੀ ਅਤੇ ਆਪਣੇ ਕੱਦ ਨੂੰ ਕਦੀ ਵੀ ਆਪਣੀ ਕਮਜ਼ੋਰੀ ਨਹੀਂ ਬਦਲਣ ਦਿੱਤਾ। ਦਿਲਪ੍ਰੀਤ ਨੇ ਆਪਣੇ ਆਪ ਨੂੰ ਰੱਬ ਨਾਲ ਜੋੜ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਕੀਤੀ। ਨਮਸਕਾਰ, ਪੰਜਾਬ ਤੱਕ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਸੰਤ ਆਸ਼ਰਮ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਦਲਪ੍ਰੀਤ ਸਿੰਘ ਜੀ ਦੇ ਨਾਲ, ਜਿਨ੍ਹਾਂ ਦਾ ਕੱਦ ਛੋਟਾ ਹੋਣ ਕਰਕੇ ਜੀਵਨ 'ਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਾਡੇ ਨਾਲ ਮੌਜੂਦ ਹੈ ਦਿਲਪ੍ਰੀਤ ਸਿੰਘ ਜੀ, ਉਹਨਾਂ ਨਾਲ ਗੱਲਬਾਤ ਕਰਾਂਗੇ। ਭਾਈ, ਕੀ ਦਿੱਕਤਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਦਿਲਪ੍ਰੀਤ ਸਿੰਘ ਹੈ ਜੀ। ਮੈਂ ਮਿਣੀ ਸਕੂਲ ਵਿੱਚ +2 ਤੱਕ ਪੜ੍ਹਿਆ, ਉਸ ਤੋਂ ਬਾਅਦ ਕਈ ਸਕੂਲ ਵਿੱਚ ਮੇਰੀ ਐਕਟੀਵਿਟੀਆਂ ਹੋਣੀਆਂ, ਕਈ ਐਕਟੀਵਿਟੀਆਂ ਰਹਿਣ ਲੱਗ ਪਿਆ ਮੈਂ, ਮਤਲਬ ਮੇਰੇ ਕੋਲ ਨਹੀਂ ਹੋਣ ਡਿਆ ਸੀ, ਪਰ ਕਈ ਬੱਚੇ ਮੇਰਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ। ਅਤੇ ਜਦੋਂ ਮੇਰੀ +2 ਹੋ ਗਈ, ਫਿਰ ਮੈਂ +2 ਤੋਂ ਬਾਅਦ ਆਪਣਾ ਕੰਮ ਕਰਨਾ ਸ਼ੁਰੂ ਕੀਤਾ, ਅਤੇ ਮੈਂ ਸੁਨਿਆਰੇ ਬਾਜ਼ਾਰ ਗਗਨ ਭਾਅ ਜੀ, ਵਿਨੋਦ ਭਾਅ ਜੀ ਕੋਲ ਕੰਮ ਕਰਦਾ ਰਿਹਾ। ਉਹਨਾਂ ਨਾਲ ਵੀ ਮੇਰਾ ਭਰਾਵਾਂ ਵਰਗਾ ਪਿਆਰ ਰਿਹਾ। ਉਸ ਤੋਂ ਬਾਅਦ ਮੈਂ ਗੁਰਦੁਆਰੇ ਸਵੇਰੇ ਸ਼ਾਮੀ ਰੋਜ਼ ਹੀ ਸੇਵਾ ਕਰਨ ਆਉਂਦਾ ਸੀ ਅਤੇ ਮੈਂ ਦੁਕਾਨ 'ਤੇ ਜਾਂਦਾ ਸੀ, ਅਤੇ ਇੱਥੇ ਸੇਵਾਦਾਰ ਦੀ ਪੋਸਟ ਖਾਲੀ ਹੋਈ ਅਤੇ ਅਮਿਤ ਭਾਅ ਜੀ ਵਰਗੇ, ਨਵਤੇਜ ਭਾਈ ਵਰਗੇ, ਰਿੰਪੂ ਭਾਈ ਵਰਗੇ ਮੈਨੂੰ ਮਿਲੇ। ਕਹਿੰਦੇ ਕਿ ਇੱਥੇ ਤੂੰ ਕਿਸੇ ਦੀ ਦੁਕਾਨ 'ਤੇ ਕੰਮ ਨਹੀਂ ਕਰੇਗਾ, ਤੂੰ ਗੁਰਸਿੱਖ ਲੜਕਾ, ਗੁਰੂ ਘਰ ਵਿੱਚ ਹੀ ਕੰਮ ਕਰੇਗਾ। ਅਤੇ ਉਸ ਤੋਂ ਬਾਅਦ ਕਮੇਟੀ ਅੱਗੇ ਅਰਜ ਕੀਤਾ ਗਿਆ ਅਤੇ ਕਮੇਟੀ ਨੇ ਨਾ ਕਰ ਦਿੱਤੀ ਗਈ। ਉਹਨਾਂ ਵੱਲੋਂ ਫਿਰ ਸਮੂਹ ਸਾਧ ਸੰਗਤ ਵੱਲੋਂ ਮੈਨੂੰ ਸੇਵਾਦਾਰ ਦਾ ਦਰਜਾ ਦਿੱਤਾ ਗਿਆ। ਹੁਣ ਮੈਂ ਇੱਥੇ ਮੁੱਖ ਸੇਵਾਦਾਰ ਦੀ ਡਿਊਟੀ ਨਿਭਾਉਣਾ। ਜੋ ਵੀ ਗੁਰਦੁਆਰੇ ਦਾ ਕੰਮ ਹੋਏ, ਆਲਰਾਊਂਡਰ ਬਾਹਰ ਅੰਦਰ ਦਾ, ਮੈਂ ਸਾਰਾ ਮੈਂ ਹੀ ਕਰਨਾ। ਉਸ ਤੋਂ ਬਾਅਦ ਮੇਰੀ ਸਵੇਰੇ ਕੋਈ 4 ਵਜੇ ਤੋਂ 5 ਵਜੇ ਤੱਕ ਡਿਊਟੀ ਹੁੰਦੀ ਹੈ। ਉਹਦੇ ਵਿੱਚ ਗੁਰੂ ਸਾਹਿਬ ਨੂੰ ਪ੍ਰਸ਼ਾਦ ਬਣਾ ਕੇ, ਭੋਗ ਲਗਾ ਕੇ, ਕੋਈ ਬਾਹਰ ਦਾ ਕੰਮ ਦੇਖ ਲਈਦਾ, ਫਿਰ ਉਹ ਕਰੀਦਾ, ਨਹੀਂ ਤਾਂ ਫਿਰ ਆਪਣੇ ਕਮਰੇ ਵਿੱਚ ਰੈਸਟ ਟਾਈਮ 'ਤੇ ਆ ਜਾਈਦਾ। ਫਿਰ ਉਸ ਤੋਂ ਬਾਅਦ 7 ਤੋਂ 11 ਮੇਰੀ ਡਿਊਟੀ ਹੁੰਦੀ ਹੈ, ਉਸ ਤੋਂ ਬਾਅਦ ਫਿਰ ਰੈਸਟ ਹੁੰਦੀ ਹੈ, ਫਿਰ ਸ਼ਾਮ ਨੂੰ 4 ਤੋਂ 8 ਵਜੇ ਤੱਕ ਮੇਰੀ ਡਿਊਟੀ ਹੁੰਦੀ ਹੈ, ਫਿਰ ਉਸ ਤੋਂ ਬਾਅਦ ਫਿਰ ਰਾਤ ਸੋ ਜਾਈਦਾ। ਅਤੇ ਕੀ ਕਾਰਨ ਰਿਹਾ ਤੁਸੀਂ ਸਕੂਲ ਆਪਣਾ ਛੱਡਤਾ? ਕਾਰਨ ਇਹੀ ਰਿਹਾ ਕਿ ਸਕੂਲ +2 ਤੋਂ ਬਾਅਦ ਫਿਰ ਅੱਗੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕਈ ਕਹਿੰਦੇ ਕਿ ਨੌਕਰੀ ਦੇ ਚਾਂਸ ਜ਼ਿਆਦਾ, ਪੜ੍ਹਨਾ ਚਾਹੀਦਾ, ਪਰ ਜਦੋਂ ਫਿਰ ਮੈਂ ਅੱਗੇ ਕੰਮ ਕਰਨਾ ਸ਼ੁਰੂ ਕੀਤਾ, ਫਿਰ ਇੱਥੇ ਗੁਰੂ ਘਰ ਆ ਗਿਆ, ਫਿਰ ਗੁਰੂ ਘਰ ਮੈਨੂੰ ਆਦਰ ਸਤਿਕਾਰ ਪੂਰਾ ਮਿਲਣ ਲੱਗ ਪਿਆ, ਫਿਰ ਮੈਂ ਇੱਥੇ ਰਿਹਾ ਸ਼ੁਰੂ ਤੋਂ। ਅਤੇ ਕਿੰਨੇ ਚਿਰ ਹੋ ਤੁਹਾਨੂੰ ਗੁਰਦੁਆਰਾ ਸਾਹਿਬ ਦੀ ਸੇਵਾ ਕਰਦੇ ਅਤੇ ਕੀ ਆਪਣੇ ਜੀਵਨ 'ਚ ਬਦਲਾਵ ਆਇਆ? ਭਾਅ ਜੀ, ਉੱਦਾਂ ਮੈਂ 12 ਸਾਲ ਇੱਥੇ ਸੇਵਾ ਕਰ ਰਿਹਾ, ਹੁਣ ਮੈਨੂੰ 1.5 ਸਾਲ ਹੋ ਗਿਆ ਜਿਹੜਾ ਸੇਵਾਦਾਰੀ ਦਾ ਅਹੁਦਾ ਦਿੱਤਾ ਗਿਆ, ਅਤੇ ਅੱਗੇ ਫਿਰ ਸਾਰਾ ਕੰਮ ਮੈਂ ਹੀ ਕਰਨਾ। ਅਤੇ ਜੀਵਨ 'ਚ ਕਿੱਦਾਂ ਬਦਲਾਵ ਆਇਆ ਤੁਹਾਡਾ, ਜਿੱਦਾਂ ਕੱਦ ਛੋਟਾ ਹੀ ਹੁਣ, ਇੱਦਾਂ ਤੁਹਾਨੂੰ ਤਾਨੇ ਵਜੀ ਹੁਣ ਕੋਈ ਮੁਸ਼ਕਿਲਾਂ ਸਾਹਮਣਾ ਕਰਨਾ ਪੈਂਦਾ? ਨਹੀਂ, ਹੁਣ ਕੋਈ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ, ਕਿ ਉਹ ਲੋਕ ਜਿਹੜੇ ਕੱਲ੍ਹ ਨੂੰ ਤਾਨੇ ਮਾਰਦੇ ਸੀ, ਉਹ ਅੱਜ ਨੂੰ ਮਿਲਦੇ ਆ ਕਿ ਹਾਂ ਵੀ ਉਹ ਬੰਦਾ ਕਿੱਥੇ ਸੀ, ਅੱਜ ਕਿੱਥੇ ਪੁੱਜ ਗਿਆ, ਅੱਜ ਵੀ ਮੈਨੂੰ ਮਿਲਦੇ ਆ। ਅਤੇ ਹੋਰ ਵੀ ਤੁਹਾਡੇ ਵਰਗੇ ਬੜੇ ਛੋਟੇ ਆ, ਜਿਹਨਾਂ ਕੱਦ ਛੋਟੇ ਆ, ਉਹਨਾਂ ਲੋਕ ਮਜ਼ਾਕ ਉਡਾਉਂਦੇ, ਕੀ ਸੁਨੇਹਾ ਦੇਣਾ ਚਾਹੋਗੇ ਉਹਨਾਂ ਨੂੰ? ਮੈਂ ਇਹੀ ਕਹਿਣਾ ਚਾਹੁੰਦਾ ਕਿ ਗੁਰੂ ਘਰ ਦੇ ਨਾਲ ਜੁੜਨਾ ਚਾਹੀਦਾ, ਨਸ਼ੇ ਛੱਡਣੇ ਚਾਹੀਦੇ ਆ, ਸਵੇਰੇ ਸ਼ਾਮੀ ਬਾਣੀ ਦਾ ਜਾਪ ਕਰਨਾ ਚਾਹੀਦਾ ਅਤੇ ਗੁਰੂ ਨਾਲ ਜੁੜੋ। ਐਸੀ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਦਲਪ੍ਰੀਤ ਸਿੰਘ, ਜਿਨ੍ਹਾਂ ਆਪਣੇ ਜੀਵਨ ਦੇ ਕੁਝ ਪਲ ਸਾਡੇ ਨਾਲ ਸਾਂਝੇ ਕੀਤੇ ਹੈ। ਪਵਨ ਸਿੰਘ, ਪਠਾਨਕੋਟ, ਪੰਜਾਬ ਤੱਕ। ਸ਼ੁਰੂ ਵਿੱਚ ਜਦੋਂ ਇਹਨੂੰ ਆਪਾਂ ਦੇਖਿਆ, ਉਦੋਂ ਗੁਰਦੁਆਰਾ ਸਾਹਿਬ ਦੀ ਕੰਸਟਰਕਸ਼ਨ ਚੱਲਦੀ ਪਈ ਅਤੇ ਇੰਨੇ ਬਾਕੀਆਂ ਦੇ ਨਾਲ ਬਰਾਬਰ ਸੇਵਾ ਕਰਨੀ, ਉਦੋਂ ਬਾਅਦ ਛੋਟਾ ਹੀ, ਉਹਦੇ ਦਾੜੀ ਵੀ ਨਹੀਂ ਸੀ, ਉਦੋਂ ਸਕੂਲੇ ਪੜ੍ਹਦਾ ਸੀ, ਛੋਟਾ ਬੱਚਾ ਸੀ, ਆਪਾਂ ਕਿਹਾ ਚਲੋ ਬੱਚਾ ਕਿਸੇ ਦਾ ਆਉਂਦਾ ਆ, ਅਤੇ ਹਾਈਟ ਤਾਂ ਉਦੋਂ ਪਤਾ ਲੱਗ ਗਿਆ ਸੀ ਕਿ ਇਹਦੀ ਜ਼ਿਆਦਾ ਨਹੀਂ ਹੋ ਪਈ। ਫਿਰ ਜਦੋਂ ਡੇਲੀ ਸੇਵਾ ਸੰਗਤ ਨੇ ਇਹਨੂੰ ਵੇਖਣਾ, ਫਿਰ ਸੰਗਤ ਨੂੰ ਪਤਾ ਲੱਗ ਗਿਆ ਕਿ ਨਹੀਂ, ਇਹਦੇ ਵਿੱਚ ਕੋਈ ਸ਼ਰਧਾ ਭਾਵਨਾ ਹੈਗੀ ਆ, ਕੋਈ ਬੜੀ ਲਗਨ ਨਾਲ ਕੰਮ ਕਰਦਾ, ਕਦੀ ਕਿਸੇ ਨਾਲ ਲੜਨਾ ਨਹੀਂ, ਕਦੀ ਝਗੜਨਾ ਨਹੀਂ, ਆਪਣੇ ਧਿਆਨ ਕੰਮ ਕਰਦਾ ਰਹਿੰਦਾ ਰਿਹਾ ਉਦੋਂ।
ਅਤੇ ਸਾਰੀ ਸੰਗਤ ਉਦੋਂ ਮਿਲ ਜੁਲ ਕੇ ਸੇਵਾ ਕਰਦੀ ਸੀ ਅਤੇ ਇਹਦਾ ਵਿੱਚ ਬੜਾ ਯੋਗਦਾਨ ਰਿਹਾ ਉਦੋਂ। ਉਸ ਤੋਂ ਬਾਅਦ ਇਹਦਾ ਇੱਥੇ ਥੋੜ੍ਹਾ ਇੰਟਰਸਟ ਵੱਧ ਗਿਆ, ਗੁਰਦੁਆਰਾ ਸਾਹਿਬ 'ਚ ਆਉਣਾ ਸ਼ੁਰੂ ਕਰਤਾ ਨੇ ਡੇਲੀ ਪ੍ਰੋਗਰਾਮਾਂ 'ਚ ਕਹਿ ਲਓ ਜਾਂ ਉੱਦਾਂ ਡੇਲੀ ਰੂਟੀਨ 'ਚ ਵੀ। ਅਤੇ ਫਿਰ ਉਸ ਤੋਂ ਬਾਅਦ ਸੰਗਤ ਨੇ ਕਿਹਾ ਕਿ ਇਹਦਾ ਅੱਗੋਂ ਧਿਆਨ ਵੀ ਰੱਖਿਆ ਕਰੋ ਜਾਂ ਕਿੱਦਾਂ, ਹੈ ਨਾ। ਸਾਰੇ ਨੇ ਆਪਸ 'ਚ ਸਲਾਹ ਕੀਤੀ ਕਿ ਫਿਰ ਉਸ ਤੋਂ ਬਾਅਦ ਇੱਥੇ ਨਾ ਪ੍ਰੋਪਰ ਜਿੱਦਾਂ ਦੇਗ ਬਣਾਉਣੀ ਸਿੱਖ ਲਈ ਇਹਨੇ, ਦੇਗ ਬਣਾਉਣੀ ਸਿੱਖੀ ਜਾਂ ਹੋਰ ਸੇਵਾਵਾਂ ਇਹਨੇ ਪੂਰੀਆਂ ਪ੍ਰੋਪਰ ਸਾਰਾ ਕੁਛ ਓਬਜ਼ਰਵ ਕੀਤਾ ਇਹਨੇ ਕੀ ਕਿੱਦਾਂ ਕਿੱਦਾਂ ਹੁੰਦਾ, ਸਾਰਾ ਕੁਝ ਜਦੋਂ ਸਿੱਖ ਲਿਆ ਅਤੇ ਫਿਰ ਕਈਆਂ ਦਾ ਫੈਸਲਾ ਹੋਇਆ ਕਿ ਜਦੋਂ ਡੇਲੀ ਰੂਟੀਨ ਵਿੱਚ ਸੇਵਾ ਕਰਨ ਲੱਗ ਪਿਆ, ਫਿਰ ਕਈਆਂ ਨੇ ਸੋਚਿਆ ਕਿ ਇਹਦੀ ਕਿਤੇ ਨਾ ਕਿਤੇ ਸੇਵਾ ਲਗਾਈ ਜਾਏ, ਮਤਲਬ ਜਾਂ ਇਹਨੂੰ ਇੱਥੇ ਪ੍ਰੋਪਰ ਕੁਛ ਨਾ ਕੁਛ ਸੈਲਰੀ ਵੀ ਦਿੱਤੀ ਜਾਏ, ਉਹਦਾ ਵੀ ਵਧੀਆ ਸਰ ਜਾਏਗਾ, ਪੜ੍ਹਾਈ ਦੇ ਖਰਚੇ ਜਾਂ ਹੋਰ ਨਿਕਲਿਆ ਕਰਨਗੇ। ਕਿਉਂਕਿ ਰਹਿੰਦਾ ਤਾਂ ਇੱਥੇ ਰਿਹਾ, ਇਹਨੂੰ ਕਈ ਵਾਰੀ ਕਹਿੰਦੇ ਵੀ ਰਹੇ ਆ ਕਿ ਤੂੰ ਆਪਣਾ ਪੜ੍ਹਿਆ ਕਰ, ਇੱਧਰ ਧਿਆਨ ਨਾ ਦੇ, ਪਰ ਕਿ ਪੜ੍ਹਾਈ ਦੇ ਨਾਲ ਇਹਨੇ ਪਲੱਸ ਟੂ ਕੀਤੀ ਆ, ਪੜ੍ਹਾਈ ਦੇ ਨਾਲ ਨਾਲ ਇੱਥੇ ਸੇਵਾ ਬੜੀ ਵਧੀਆ ਕਰਦਾ ਰਿਹਾ। ਅਤੇ ਫਿਰ ਜਦੋਂ ਸਾਰੀ ਸੰਗਤ ਦਾ ਫੈਸਲਾ ਆਇਆ, ਫਿਰ ਇਹਨੂੰ ਇੱਥੇ ਸੇਵਾਦਾਰ ਦੀ ਮੁੱਖ ਸੇਵਾਦਾਰੀ ਕਹਿ ਸਕਦੇ, ਕਿਉਂਕਿ ਜਿੰਨੀ ਵਧੀਆ ਰਿਸਪੋਂਸੀਬਿਲਟੀ ਦੇ ਨਾਲ ਕੰਮ ਕਰਦਾ। ਮੈਂ ਇੱਕ ਮੈਸੇਜ ਜਾਂ ਕਹਿ ਲਓ ਆਪਣਾ ਵਿਚਾਰ ਸਾਰਿਆਂ ਅੱਗੇ ਜ਼ਰੂਰ ਰੱਖਾਂਗਾ, ਭਾਵੇਂ ਗੁਰਦੁਆਰਿਆਂ ਦੀਆਂ ਕਮੇਟੀਆਂ ਭਾਵੇਂ ਸੰਸਥਾਵਾਂ ਆ, ਜਿਹੜੇ ਸਾਡੀ ਸਿੱਖ ਕਮਿਊਨਿਟੀ ਤੋਂ ਫਸਟ ਸਟਾਰਟ ਕਰਾਂਗਾ, ਸਿੱਖ ਕਮਿਊਨਿਟੀ 'ਚ ਜਿਹੜੇ ਬੱਚੇ ਇੱਦਾਂ ਦੇ ਆ ਉਹਨਾਂ ਨੂੰ ਸੰਭਾਲਣ ਜ਼ਰੂਰ। ਕਿਉਂਕਿ ਇੱਕ ਕਈ ਵਾਰੀ ਇਹ ਸੋਚਦੇ ਆ ਕਿ ਸਾਰੇ ਆਲ ਓਵਰ ਜਿੰਨੇ ਬੱਚੇ ਹੈਗੇ ਆ ਸਾਡੇ ਕੋਲ, ਸਟੂਡੈਂਟਸ ਹੋ ਗਏ ਜਾਂ ਜਿਹੜੇ ਪੜ੍ਹ ਚੁੱਕੇ ਆ, ਸਾਰਿਆਂ ਨੂੰ ਜੇ ਆਪਾਂ ਨਹੀਂ ਸੰਭਾਲ ਸਕਦੇ, ਜਿਹੜੇ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਦਾ ਕੋਈ ਮਜ਼ਾਕ ਉਡਾਇਆ ਜਾ ਸਕਦਾ ਹੈ ਜਾਂ ਫਿਰ ਉਹਨਾਂ ਲਈ ਥੋੜ੍ਹੀ ਮੁਸ਼ਕਲ ਹੋ ਸਕਦੀ ਹੈ ਆਪਣਾ ਕਰੀਅਰ ਬਣਾਉਣ 'ਚ ਜਾਂ ਦੁਨੀਆ 'ਚ ਵਿਚਰਨ 'ਚ, ਘੱਟ ਤੋਂ ਘੱਟ ਉਹਨਾਂ ਦੀ ਬਾਂਹ ਆਪਾਂ ਜ਼ਰੂਰ ਫੜੀਏ, ਅਤੇ ਉੱਥੋਂ ਦੀ ਫਿਰ ਬਾਕੀ ਬੱਚੇ ਜਿਹੜੇ ਹੈਗੇ ਆ ਉਹ ਫਿਰ ਹੌਂਸਲਾ ਨਹੀਂ ਛੱਡਣਗੇ ਕਿ ਸਾਡੇ ਨਾਲ ਸਾਡੀ ਕੌਮ ਖੜ੍ਹੀ ਆ। ਇਸ ਕਰਕੇ ਚਾਹੀਦਾ ਤਾਂ ਇਹੀ ਹੈ ਕਿ ਸਾਰੇ ਮਿਲ ਜੁਲ ਕੇ ਇਹਨਾਂ ਦਾ ਧਿਆਨ ਰੱਖੀਏ, ਅਤੇ ਬਾਕੀ ਹੈ ਕਿ ਜਿਹੜੇ ਬੱਚੇ ਗੁਰੂ ਘਰ ਨਾਲ ਨਹੀਂ ਜੁੜੇ ਜਾਂ ਸੇਵਾ ਨਹੀਂ ਕਰਦੇ, ਉਹਨਾਂ ਨੂੰ ਬੇਨਤੀ ਹੈ ਕਿ ਦੇਖੋ ਜੇ ਆਹ ਕਰ ਸਕਦਾ ਫਿਰ ਤੁਸੀਂ ਕਿਉਂ ਨਹੀਂ ਕਰ ਸਕਦੇ। ਆ ਪੇਰੈਂਟਸ ਦਾ ਵੀ ਥੋੜ੍ਹਾ ਆਲਸ ਹੁੰਦਾ ਆ, ਪੇਰੈਂਟਸ ਕਹਿੰਦੇ ਠੀਕ ਹੈ ਬੱਚੇ ਨੂੰ ਮੋਬਾਈਲ ਫੜਾ ਦਿਉ, ਸਾਰਾ ਦਿਨ ਲੱਗਾ ਰਹੇ ਜਾਂ ਟੀਵੀ ਨਾਲ ਲੱਗਾ ਰਹੇ, ਠੀਕ ਹੈ। ਇਹਦੇ ਕੋਲ ਵੀ ਸਾਰੀ ਫੈਸਿਲਿਟੀਆਂ ਘਰਦਿਆਂ ਨੇ ਪ੍ਰੋਵਾਈਡ ਕੀਤੀਆਂ, ਬਟ ਇਹਨੇ ਆਪੇ ਇੰਟਰਸਟ ਨਹੀਂ ਦਿੱਤਾ, ਆਪੇ ਗੁਰੂ ਅੱਗੇ ਤਾਂ ਰੱਬ ਵੱਲੋਂ ਚਲੋ ਹੁੰਦਾ ਆ, ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਸ ਪਾਸੇ ਲੱਗਿਆ। ਬਾਕੀ ਸਾਨੂੰ ਇਹਦੇ ਤੋਂ ਸਾਨੂੰ ਜਾਂ ਫਿਰ ਗੁਰਦੁਆਰਾ ਸਾਹਿਬ ਦੀ ਸੰਗਤ ਨੂੰ ਕਮੇਟੀ ਨੂੰ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਇਹਦੇ ਤੋਂ ਕਦੀ ਆਈ, ਅਤੇ ਕੋਈ ਵੀ ਗੱਲ ਜੇ ਕੋਈ ਕਹਿ ਵੀ ਦੋ ਮਾੜੀ ਮੋਟੀ ਕਮੀ ਪੇਸ਼ੀ, ਇਹਨੇ ਕਦੀ ਕੋਈ ਕਿਸੇ ਦੀ ਗੱਲ ਦਾ ਗੁੱਸਾ ਨਹੀਂ ਕਰਨਾ, ਫੋਲੋ ਕਰਦਾ ਗੱਲ ਨੂੰ ਕਿ ਫਾਇਦੇ ਲਈ ਗੁਰਦੁਆਰਾ ਸਾਹਿਬ ਦਾ ਫਾਇਦਾ। ਤਾਂ ਤੁਸੀਂ ਸੁਣਿਆ ਕਿਵੇਂ ਦਿਲਪ੍ਰੀਤ ਦਾ ਗੁਰੂ ਘਰ 'ਚ ਸੇਵਾ ਕਰਨ ਦਾ ਸਫ਼ਰ ਸ਼ੁਰੂ ਹੋਇਆ। ਅੱਜ ਸੇਵਾ ਕਰ ਦਿਲਪ੍ਰੀਤ ਹੋਰਾਂ ਲਈ ਵੀ ਮਿਸਾਲ ਬਣ ਰਹੇ ਨੇ, ਤਾਂ ਸੰਦੇਸ਼ ਵੀ ਜ਼ਰੂਰ ਦੇ ਰਹੇ ਨੇ ਕਿ ਕਦੇ ਵੀ ਇਨਸਾਨ ਨੂੰ ਹਾਰ ਨਹੀਂ ਮੰਨਣੀ ਚਾਹੀਦੀ। ਪਠਾਨਕੋਟ ਤੋਂ ਪਵਨ ਸਿੰਘ ਦੀ ਰਿਪੋਰਟ।